हां जी सारे नुसस ही काल सलाम नमस्कार तड़त चैनल ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਮੀਟੇਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਅੱਜ ਦੀ ਇਸ ਵੀਡੀਓ ਦੇ ਵਿੱਚ ਰੂਸ ਤੇ ਯੂਕਰਨ ਦੇ ਨਾਲ ਸੰਬੰਧਿਤ ਗੱਲਬਾਤ ਦੇ ਬਾਰੇ ਜੋ ਵੀ ਘਟਨਾਕ੍ਰਮ ਚੱਲ ਰਿਹਾ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਇਸ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਏਗਾ ਤੇ ਪੂਰੀ ਵੀਡੀਓ ਤੁਸੀਂ ਜਰੂਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਚਲਦੇ ਹਾਂ ਆਪਣੀ ਪਹਿਲੀ ਨਿਊਜ਼ ਜ਼ਿਪ ਪਹਿਲੀ ਖਬਰ ਜਿਹੜੀ ਆਪਣੇ ਬਾਈਡਨ ਦੇ ਨਾਲ ਸੰਬੰਧਿਤ ਹੈ ਜੀ ਆਪਾਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਖਬਰ ਦੀ ਸ਼ੁਰੂਆਤ ਇਹਨਾਂ ਤੋਂ ਅੱਜ ਕਰਾਂਗੇ ਜੋ ਬਾਈਡਨ ਦਾ ਇਹ ਕਹਿਣਾ ਹੈ ਕਿ ਇਸ ਟਾਈਮ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਹੜੇ ਰੂਸ ਦੇ ਰਾਸ਼ਟਰਪਤੀ ਪੁਤਨ ਹਨ ਬਿਲਕੁਲ ਇਕੱਲੇ ਹੋ ਚੁੱਕੇ ਹਨ ਬਾਕੀ ਜੋ ਬਾਈਡਨ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਇੱਕ એનર્ਜੀ ਦੇ ਤੌਰ ਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਰੂਸ ਦੇ ਵਿੱਚ ਜਿੱਦਾਂ ਕਿ ਪੈਟਰੋਲ ਗੈਸ ਇਸ ਚੀਜ਼ ਦੀ ਜਿਹੜੀ ਕਾਫੀ ਭਰਮਾਰ ਹੈ ਤੇ ਜਿਹੜਾ એનર્ਜੀ ਨੂੰ ਇੱਕ ਹਥਿਆਰ ਦੇ ਤੌਰ ਤੇ ਜਿੱਦਾਂ ਕਿ ਰੂਸ ਵਰਤ ਰਿਹਾ ਹੈ ਲੋਕਾਂ ਦੇ ਬਾਹਰਲੇ ਦੇਸ਼ਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ ਕਿ ਜੇ ਉਹ ਉਸ ਦੇ ਉਲਟ ਚੱਲਣਗੇ ਤਾਂ ਜਿਹੜੀ ਉਹਨਾਂ ਦੀ એનર્ਜੀ ਵਗੈਰਾ ਕੱਟ ਕਰ ਦਿੱਤੀ ਜਾਵੇਗੀ ਤਾਂ ਜੋਏ ਬਾਈਡਨ ਦਾ ਇਹ ਕਹਿਣਾ ਹੈ ਕਿ ਅਸੀਂ ਇਸ ਚੀਜ਼ ਦੀ ਆਗਿਆ ਬਿਲਕੁਲ ਨਹੀਂ ਦੇਵਾਂਗੇ ਕਿ ਜਿਹੜੀ એનર્ਜੀ ਹੈ ਜਿਸ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਜਾਵੇ ਬਾਕੀ ਇਸ ਤੋਂ ਇਲਾਵਾ ਜਿਹੜਾ ਇੱਕ ਤੁਰਕੀ ਦੇਸ਼ ਹੈ ਜੀ ਉਸ ਨੇ ਵੀ ਦੱਸਿਆ ਹੈ ਕੀ ਆਉਣ ਵਾਲੇ ਕੁਝ ਦੋ ਹਫ਼ਤੇ ਜਿਹੜੇ ਹਨ ਇਹਦੇ ਵਿੱਚ ਕੁਝ ਨਾ ਕੋਈ ਜਿਹੜਾ ਚੰਗਾ ਦੇਖਣ ਨੂੰ ਮਿਲ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਬਾਕੀ ਇਥੇ ਵੀ ਤਾਜ਼ੀ ਕੀ ਜਿਹੜਾ ਯੁੱਧ ਦਾ 100ਵਾਂ ਦਿਨ ਸ਼ੁਰੂ ਹੋ ਚੁੱਕਾ ਹੈ ਬਾਕੀ ਇਸ ਤੋਂ ਇਲਾਵਾ ਅਮਰੀਕਾ ਨੇ ਜਦਾਂ ਕਿ ਜਿਹੜਾ ਅਮਰੀਕਾ ਦੀ ਗਵਰਨਮੈਂਟ ਹੈ ਜੀ ਉਸਨੇ ਜਿਹੜੇ ਵੀ ਅਮਰੀਕੀ ਨਾਗਰਿਕ ਜਿਹੜੇ ਉੱਥੇ ਰੂਸ ਦੇ ਵਿੱਚ ਰਹਿ ਰਹੇ ਹਨ ਤੇ ਬੇਲਾਰੂਸ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਇੱਕ ਹਦਾਇਤ ਜਿਹੜੀ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਜਲਦੀ ਹੋ ਸਕੇ ਇਸ ਦੇਸ਼ ਨੂੰ ਛੱਡ ਦਿਓ ਉਹਨਾਂ ਦੇਸ਼ਾਂ ਨੂੰ ਛੱਡ ਦਿਓ ਤੇ ਛੱਡ ਕੇ ਉੱਥੋਂ ਬਾਹਰ ਨਿਕਲ ਜਾਓ ਬਾਕੀ ਦੇ ਨਾਲ ਹੀ ਜੋਏ ਬਾਈਡਨ ਜਿਹੜੇ ਕਿ ਅਮਰੀਕੀ ਰਾਸ਼ਟਰਪਤੀ ਹਨ ਉਹਨਾਂ ਨੇ ਕੋਈ ਜਿਹੋ ਜੀ ਗੱਲਬਾਤ ਦੱਸੀ ਹੈ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜੇ ਰੂਸ ਨੂੰ ਇੱਕ ਹਥਿਆਰ ਦੇ ਤੌਰ ਤੇ એનર્ਜੀ ਨੂੰ ਵਰਤ ਨਹੀਂ ਦੇਵਾਂਗੇ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਉਹ ਕਹਿੰਦਿਆ ਨਕੀ ਅਮਰੀਕਾ ਦੇ ਵਿੱਚ ਜਿੱਦਾਂ ਕਿ ਯੂਕਰੇਨ ਰੂਸ ਦਾ ਜਿਹੜਾ ਸੰਕਟ ਪੈਦਾ ਹੋਇਆ ਇਹਦੇ ਨਾਲ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਜਿਹੜੀਆਂ ਹਨ ਬਹੁਤ ਜ਼ਿਆਦਾ ਅਮੀਰ ਹੋਈਆਂ ਹਨ ਕਿਉਂਕਿ ਕਈਆਂ ਕੰਪਨੀਆਂ ਜਿਹੜੀ ਆਪਣੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾਉਂਦੀ ਹੈ ਤੇ ਕਈ ਇਹੋ ਜਿਹੀਆਂ ਕੰਪਨੀਆਂ ਵਹਨ ਜਿਨ੍ਹਾਂ ਨੇ ਆਪਣੀ ਪ੍ਰੋਡਕਸ਼ਨ ਤਾਂ ਨਹੀਂ ਵਧਾਈ ਪਰੰਤੂ ਜਿਹੜਾ ਰੇਟ ਜ਼ਰੂਰ ਵਧਾ ਦਿੱਤਾ ਹੈ ਤੇ ਇਹਨਾਂ ਕੰਪਨੀਆਂ ਦੀ ਜਿਹੜੀ ਜੋਏ ਬੈਲਡਨ ਹਨ ਉਹਨਾਂ ਨੇ ਨਿਖੇਦੀ ਕੀਤੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਕੰਪਨੀਆਂ ਨੇ ਤਕਰੀਬਨ 1 ਸਾਲ ਦੇ ਵਿੱਚ 80 ਬਿਲੀਅਨ ਜਿਹੜਾ ਡਾਲਰ ਹੈ ਜੀ ਉਸ ਦਾ ਪ੍ਰੋਫਿਟ ਕਮਾਇਆ ਹੈ ਬਾਕੀ ਕੰਪਨੀਆਂ ਨੂੰ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀਆਂ ਯੂ ਐਸ ਦੀਆਂ ਕੰਪਨੀਆਂ ਹਨ ਉਹਨਾਂ ਨੂੰ ਕਿਹਾ ਕਿ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਜੀ ਕਰੂਡ ਆਇਲ ਦੀ ਕੱਚੇ ਤੇਲ ਦੀ ਇਸ ਨੂੰ ਜਿਆਦਾ ਤੋਂ ਜਿਆਦਾ ਵਧਾਇਆ ਜਾਵੇ ਤਾਂ ਕਿ ਜਿਹੜੀਆਂ ਕੀਮਤਾਂ ਦੇ ਵਿੱਚ ਕੋਈ ਜ਼ਿਆਦਾ ਵੜੌਤਰੀ ਨਾ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਬਾਕੀ ਇਸ ਤੋਂ ਇਲਾਵਾ ਜਿਹੜੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਾਹਿਬ ਹਨ ਇਹਨਾਂ ਦੀ ਇੱਕ ਜਿਹੜੀ ਫੋਨ 'ਤੇ ਗੱਲਬਾਤ ਹੋਈ ਹੈ ਜਿਹੜੇ ਜਰਮਨ ਦੇ ਚਾਂਸਲਰ ਉਲਾਫ ਸਕੋਲਜ਼ ਇਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ। ਉਹ ਗੱਲਬਾਤ ਜਿਹੜਾ ਮੇਨ ਮੁੱਦਾ ਇਹਨਾਂ ਦੇ ਹੀ ਸੀ ਕਿ ਜਿਹੜੀ ਜੰਗ ਚੱਲ ਰਹੀ ਹੈ ਯੂਕਰੇਨ ਦੇ ਵਿੱਚ ਉਹਦੇ ਸੰਬੰਧ 'ਤੇ ਜਿਹੜੀ ਗੱਲਬਾਤ ਕੀਤੀ ਗਈ ਹੈ। ਬਾਕੀ ਇਸ ਤੋਂ ਇਲਾਵਾ ਗ੍ਰੀਟ ਬ੍ਰਿਟੇਨ ਦੇ ਵਿੱਚੋਂ ਜਿਹੜੀ ਇੱਕ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਉਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹਨ ਬੋਰਿਸ ਜੌਨਸਨ ਉਹਨਾਂ ਦਾ ਇੱਕ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਯੂਕਰੇਨ ਹੈ ਜੇ ਅਸੀਂ ਇਸ ਟਾਈਮ ਜਿਹੜੀ ਇਹ ਸੂਚ ਆਪਣੀ ਰੱਖਦੇ ਹਾਂ ਕਿ ਯੂਕਰੇਨ ਨੂੰ ਜਿਹੜੇ ਖਤਰਨਾਕ ਹਥਿਆਰਾਂ ਦੀ ਜਿਹੜੀ ਸਪਲਾਈ ਹੈ ਜੇ ਅਸੀਂ ਕਰਾਂਗੇ ਬਾਕੀ ਆਪਾਂ ਇੱਥੇ ਦੱਸੀਏ ਕਿ ਜੇ ਯੂਕੇ ਜਿਹੜਾ ਹੈ ਯੂਕਰੇਨ ਨੂੰ ਵੱਡੇ ਹਥਿਆਰਾਂ ਦੀ ਸਪਲਾਈ ਕਰਦਾ ਹੈ ਲੰਬੀ ਦੂਰੀ ਵਾਲੇ ਹਥਿਆਰਾਂ ਦੀ ਸਪਲਾਈ ਕਰਦਾ ਹੈ ਇਹਦਾ ਕਾਰਨ ਇਹਦੇ ਪਿੱਛੇ ਜਿਹੜਾ ਉਹਨਾਂ ਦਾ ਮੰਤਵ ਇਹੀ ਹੈ ਕਿ ਜਿਹੜੇ ਰੂਸ ਦੇ ਨਾਲ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਰੂਸ ਨੂੰ ਜਿਹੜਾ ਨੁਕਸਾਨ ਪਹੁੰਚਾ ਸਕੇ ਯੂਕਰੇ ਦੇ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਇੱਕ ਉਕਸਾਵੇ ਵਾਲੀ ਜਿਹੜੀ ਕਾਰਵਾਈ ਭੰਡੀ ਹੈ ਇਹਦੇ ਨਾਲ ਦੋਨੋਂ ਦੇ ਵਿੱਚ ਸੁਲਾ ਹੁੰਦੀ ਜਿਹੜੀ ਸੰਭਾਵਨਾ ਹੈ ਉਹ ਘਟ ਜਾਣੀ ਹੈ ਤੇ ਇਹਦੇ ਨਾਲ ਯੂਕਰੇਨ ਜਿਹੜਾ ਜਰੂਸ ਦੇ ਉੱਤੇ ਜ਼ਿਆਦਾ ਹਮਲੇ ਕਰੇਗਾ ਜਿਹਦੇ ਨਾਲ ਰੂਸ ਹੋਰ ਗੁੱਸੇ ਦੇ ਵਿੱਚ ਆ ਕੇ ਦੁਬਾਰਾ ਯੂਕਰੇਨ ਦੇ ਉੱਤੇ ਵੱਡੇ ਹਮਲੇ ਕਰ ਸਕਦਾ ਹੈ ਸੋ ਇਸ ਤਰ੍ਹਾਂ ਜਿਹੜੀ ਇਹ ਹੈਲਪ ਜਿਹੜੀ ਯੂਕੇ ਕਰ ਰਿਹਾ ਇਸ ਟਾਈਮ ਜਿਹੜੀ ਯੂਕਰੇਨ ਦੀ ਆਪਾਂ ਇਸ ਨੂੰ ਇਹ ਕਹਿ ਸਕਦੇ ਹਾਂ ਕਿ ਬਲਦੀ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਤੇਲ ਹੀ ਪਾ ਰਿਹਾ ਹੈ ਬਾਕੀ ਇਸ ਤੋਂ ਨਵਾਂ ਜਿਹੜਾ ਰੂਸ ਦੇ ਵਿੱਚ ਉਹਨਾਂ ਨੇ ਜਿਹੜਾ ਸਾਈਨਿਸ ਆਰਡੀਨੈਂਸ ਦੇ ਉੱਤੇ ਕਰ ਦਿੱਤੇ ਹਨ ਕਿ ਜੇ ਕਿਸੇ ਨੇ ਰੂਸ ਦੇ ਕੋਲੋਂ ਗੈਸ ਖਰੀਦਣੀ ਹੈ ਤੋ ਉਹਦੇ ਵਾਸਤੇ ਜਿਹੜੀ ਪੇਮੈਂਟ ਹੈ ਜੀ ਰੂਪਲ ਦੇ ਵਿੱਚ ਕਰਨੀ ਪਵੇਗੀ ਤਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਵੈਸਟਰਨ ਕੰਟਰੀਆਂ ਜਿਹੜੇ ਯੂਰੋਪੀਅਨ ਦੇਸ਼იან ਹੁਣ ਖਾਸ ਕਰਕੇ ਜੁਰਪ ਦੇਸ਼ ਜਿਹੜੀਆਂ ਹਨ ਵਿਰੋਧ ਕਰਨਾ ਚਾਹੁੰਦੇ ਹਨ ਪਰੰਤੂ ਇਹਦੇ ਵਿੱਚ ਕੁਝ ਇਹੋ ਜਿਹੀਆਂ ਕੰਟਰੀਆਂ ਵੀ ਹਨ ਜਿਹੜੀਆਂ ਫਿਲਹਾਲ ਇਸ ਟਾਈਮ ਵਿਰੋਧ ਕਰਨ ਦੀ ਸਥਿਤੀ ਦੇ ਵਿੱਚ ਨਹੀਂ ਹਨ ਤੇ ਹੋ ਸਕਦਾ ਹੈ ਕਿ ਉਹ ਜਿਹੜੀ ਰੂਸ ਨੂੰ ਜੁੜੀ ਪੇਮੈਂਟ ਹੈ ਜੀ ਰੂਪਲ ਦੇ ਰੂਪ ਦੇ ਵਿੱਚ ਹੀ ਕਰਨ ਸੋ ਜਿਹੜੀ ਐਫਐਫ ਲਾਈ ਗਈ ਹੈ ਕਿ ਜਿਹੜੀ ਗੈਸ ਬੰਦ ਹੋ ਜਾਵੇਗੀ ਰੂਸ ਨੇ ਜਿਹੜੀ ਗੈਸ ਬੰਦ ਕਰ ਦਿੱਤੀ ਹੈ ਬਿਲਕੁਲ ਇਹ ਇਹ ਕੰਮ ਰੂਸ ਨੇ ਬਿਲਕੁਲ ਨਹੀਂ ਕੀਤਾ ਹੈ ਗੈਸ ਦੀ ਸਪਲਾਈ ਦੇ ਉੱਤੇ ਕੋਈ ਵੀ ਉਹਨਾਂ ਨੇ ਬੈਨ ਨਹੀਂ ਲਾਇਆ ਸਿਰਫ ਇਸ ਗੱਲ ਨੂੰ ਹੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਹੜਾ ਪੇਮੈਂਟ ਹੈ ਜੀ ਯੂਰੋ ਜਾਂ ਡਾਲਰ ਦੀ ਬਜਾਏ ਉਹ ਜਿਹੜੀ ਪੇਮੈਂਟ ਹੈ ਜੀ ਰੂਬਲ ਦੇ ਵਿੱਚ ਲੈਣਗੇ ਹੁਣ ਚਲਦੇ ਹਾਂ ਜੀ ਆਪਣੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਇਸ ਤਰ੍ਹਾਂ ਹੈ ਕਿ ਮਾਸਕੋ ਜਿਹੜਾ ਰੂਸ ਹੈ ਜੀ ਇਸ ਨੇ ਬੈਨ ਲਾ ਦਿੱਤਾ ਹੈ ਕੁਝ ਲੋਕਾਂ ਤੇ ਜਿਹੜੇ ਲੀਡਰਾਂ ਤੇ ਉੱਪਰ ਹੁਣ ਇਹ ਲੀਡਰ ਕਿਹੜੇ ਦੇਸ਼ ਦੇ ਹਨ ਯੂਰੋਪੀਅਨ ਯੂਨੀਅਨ ਦੇ ਜਿਹੜੇ ਲੀਡਰ ਹਨ ਇਹਦੇ ਵਿੱਚ ਟਾਲੀਅਨ ਲੀਡਰ ਵੀ ਆ ਸਕਦੇ ਹਨ ਜਰਮਨ ਦੇ ਵੀ ਆ ਸਕਦੇ ਹਨ ਫਰਾਂਸ ਦੇ ਵੀ ਯੂਰੋਪੀਅਨ ਯੂਨੀਅਨ ਈਯੂ ਦੇ ਵਿੱਚ ਰਹਿਣ ਵਾਲਾ ਕੋਈ ਵੀ ਜਿਹੜਾ ਲੀਡਰ ਹੈ ਜੀ ਉਹ ਰੂਸ ਦੇ ਵਿੱਚ ਐਂਟਰੀ ਕਰਨੀ ਉਸ ਦੇ ਵਾਸਤੇ ਮੁਸ਼ਕਲ ਹੋ ਜਾਵੇਗੀ ਇਹਦੇ ਪਿੱਛੇ ਕਾਰਨ ਕੀ ਹੈ ਜਿਹੜੀ ਐਂਟਰੀ ਇਹਨਾਂ ਦੀ ਬੰਦ ਕਿਉਂ ਕੀਤੀ ਹੈ ਕਿਉਂਕਿ ਜਿਦਾਂ ਇਹਨਾਂ ਦੇਸ਼ਾਂ ਨੇ ਜਿਹੜਾ ਰੂਸ ਦੇ ਉੱਤੇ ਸੈਂਕਸ਼ਨ ਲਾਇਆ ਜਨ ਪੁੰਧੀਆਂ ਲਾਈਆਂ ਸਨ ਤੋਂ ਦੇ ਜਵਾਬ ਦੇ ਵਿੱਚ ਜਿਹੜਾ ਰੂਸ ਹੈ ਜੀ ਉਸ ਨੇ ਵੀ ਪੁੰਧੀਆਂ ਲਾਈਆਂ ਹਨ ਕਿ ਕੋਈ ਵੀ ਜਿਹੜਾ ਲੀਡਰ ਹੈ ਯੂਰਪੀਅਨ ਯੂਨੀਅਨ ਦਾ ਉੱਥੇ ਰੂਸ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ ਇਸ ਤਰ੍ਹਾਂ ਜਿਹੜਾ ਯੂਰਪ ਵਾਲਿਆਂ ਤੇ ਜਿਹੜਾ ਬੈਨ ਰੂਸ ਨੇ ਲਾਇਆ ਹੈ ਇਸ ਤੋਂ ਇਲਾਵਾ ਜਿਹੜੇ ਰੂਸ ਦੇ ਫੋਰਨ ਮਿਨਿਸਟਰ ਜਿਹਨਾਂ ਦਾ ਨਾਮ ਹੈ ਜੀ ਸਰਗੇਈ ਲਾਵਰੋ ਦਿੱਲੀ ਦੇ ਵਿੱਚ ਉਹਨਾਂ ਦਾ ਜਹਾਜ਼ ਜਿਹੜਾ ਹੈ ਜੀ ਲੈਂਡ ਕਰ ਚੁੱਕਾ ਹੈ ਜਿਹੜੀ ਇਹਨਾਂ ਦੀ 2 ਦਿਨ ਦੀ ਯਾਤਰਾ ਹੋਵੇਗੀ ਜਿਹਦੇ ਵਿੱਚ ਇੰਡੀਆ ਤੇ ਰੂਸ ਦੇ ਜਿਹੜੇ ਰਿਲੇਸ਼ਨ ਹਨ ਉਹਨਾਂ ਦੇ ਉੱਤੇ ਹੀ ਜਿਹੜਾ ਧਿਆਨ ਕੇਂਦਰਿਤ ਕੀਤਾ ਜਾਵੇਗਾ ਬਾਕੀ ਅੱਜ ਜਿਹੜੀ ਉਹਨਾਂ ਦੀ ਗੱਲਬਾਤ ਹੈ ਜੀ ਨਰਿੰਦਰ ਮੋਦੀ ਸਾਹਿਬ ਦੇ ਨਾਲ ਜਿਹੜੀ ਹੋ ਸਕਦੀ ਹੈ ਦੇ ਨਾਲ ਹੀ ਜਿਹੜੇ ਐਸ ਜੇ ਸ਼ੰਕਰ ਹਨ ਉਹਨਾਂ ਦੇ ਨਾਲ ਵੀ ਜਿਹੜੀ ਇਹਨਾਂ ਦੀ ਮੁਲਾਕਾਤ ਹੋ ਸਕਦੀ ਹੈ ਬਾਕੀ ਦੇ ਵਿੱਚ ਇੱਕ ਹੀ ਵਧੀਆ ਕੀ ਜਿਹੜੇ ਗੱਲਬਾਤਾਂ ਦੇ ਦੌਰ ਜਿਹੜੇ ਚੱਲ ਰਹੇ ਹਨ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਹਦੇ ਨਾਲ ਜਿਹੜੀ ਵਰਲਡ ਵਾਰ ਦੀ ਜਿਹੜੀ ਸੰਭਾਵਨਾ ਪਿੱਛੇ ਜਿਹੜੀ ਜਿਆਦਾ ਤੀਬਰ ਹੋ ਚੁੱਕੀ ਸੀ ਉਹਦੇ ਉੱਤੇ ਜਿਹੜੀ ਕੁਝ ਠੱਲ ਪੈਣ ਦੀ ਸੰਭਾਵਨਾ ਹੈ ਕਿਉਂਕਿ ਗੱਲਬਾਤ ਦੇ ਨਾਲ ਹੀ ਜਿਹੜੇ ਕਿੰਨੇ ਵੀ ਮਸਲੇ ਹੁੰਦੇ ਹਨ ਮਸਲਾ ਛੋਟਾ ਹੋਵੇ ਜਾਂ ਵੱਡਾ ਉਹ ਗੱਲਬਾਤ ਦੇ ਨਾਲ ਹੀ ਸਵਾਰਿਆ ਉਸ ਨੂੰ ਜਾ ਸਕਦਾ ਹੈ ਬਾਕੀ ਜਿਹੜੀ ਡਿਗਰੀ ਇੱਕ ਹੋਰ ਜਿਹੜੀ ਕਿ ਕ੍ਰੈਮਲਿਨ ਡਿਗਰੀ ਜਿਸ ਨੂੰ ਉੱਪਰ ਕਹਿ ਸਕਦੇ ਆ ਗੈਸ ਦੇ ਉੱਪਰ ਜਿਸ ਨੂੰ ਕੀ ਸਾਈਨ ਕੀਤਾ ਹੈ ਬਲਾਦੀਮਿਰ ਪੁਤਨ ਨੇ ਰੂਸ ਦੇ ਰਾਸ਼ਟਰਪਤੀ ਨੇ ਉਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਨਵੀਂ ਹੈ ਜੀ ਉਹਦੇ ਵਿੱਚ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ ਜਿਹੜੀਆਂ ਯੂਰਪੀਨ ਕੰਟਰੀਆਂ ਨੇ ਇਹ ਯੂਰੋ ਦੇ ਵਿੱਚ ਜਿਹੜਾ ਭੁਗਤਾਨ ਕਰ ਸਕਦੀਆਂ ਹਨ ਤੇ ਇੱਕ ਜਿੰਨੀ ਵੀ ਪੇਮੈਂਟ ਹੋਏਗੀ ਇੱਕ ਰੂਸ ਦੀ ਬੈਂਕ ਹੋਏਗੀ ਰਸ਼ੀਅਨ ਬੈਂਕ ਉਹਦੇ ਥਰੂ ਪੇਮੈਂਟ ਕੀਤੀ ਜਾਵੇਗੀ ਬੈਂਕ ਦੇ ਵਿੱਚ ਜਿਹੜੇ ਯੂਰੋ ਆਉਣਗੇ ਤੇ ਯੂਰੋ ਜਿਹੜੇ ਹੈ ਜੀ ਬੈਂਕ ਉਸ ਨੂੰ ਜਿਹੜਾ ਰੂਬਲ ਦੇ ਵਿੱਚ ਕਨਵਰਟ ਕਰਕੇ ਅੱਗੇ ਭੇਜੇਗਾ ਬਾਕੀ ਉਹਨਾਂ ਨੇ ਸਮੇਂ ਦੇ ਵਿੱਚ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਗੈਸ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਸ਼ਾਇਦ ਜਿਹੜੀ ਦਿੱਕਤ ਨਾ ਆਵੇ ਕਿਉਂਕਿ ਯੂਰਪ ਜਿਹੜਾ ਹੈ ਜੀ ਡਿਪੈਂਡ ਕਰਦਾ ਰੂਸ ਦੇ ਉੱਤੇ ਗੈਸ ਖਰੀਦਣੀ ਚਾਹੁੰਦਾ ਹੈ ਤੇ ਰੂਸ ਜਿਹੜਾ ਗੈਸ ਵੇਚਣੀ ਚਾਹੁੰਦਾ ਹੈ ਬਾਕੀ ਸਰਕਾਰ ਨੇ ਜਿੱਦਾਂ ਕਿ ਕੁਝ ਲੋਕ ਜਿਹੜੇ ਇਟਲੀ ਦੇ ਵਿੱਚ ਕੰਮ ਕਰਦੇ ਨੇ ਇੱਕ ਤਾਂ ਉਹਦੇ ਵਿੱਚ ਲੇਬੂਰਾ ਤੋਰੇ ਡਿਪੈਂਡੈਂਟ ਹੁੰਦਾ ਹੈ ਦੂਜਾ ਹੈ ਜੀ ਲੇਬੂਰਾ ਤੋਰੇ ਅਤਨਵੋ ਦੋਨਾਂ ਦੇ ਵਿੱਚ ਕੁਝ ਜਿੱਦਾਂ ਕਿ categories ਬਣਾਈਆਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਦੀ ਜਿਹੜੀ ਆਮਦਨ ਹੈ ਜੀ 3 ਤੋ ਉਹਨਾਂ ਨੂੰ ਜਿਹੜਾ ਆਈ ਆਰ ਪੀ ਐਫ ਆਈ ਜੀ 2022 ਦੇ ਵਾਸਤੇ ਉਹਨਾਂ ਨੂੰ 5598 ਰੁਪਏ ਦੇਣਾ ਪਵੇਗਾ ਆਪਾਂ ਆਪਣੇ 5598 ਯੂਰੋ ਸੋਰੀ ਜੀ ਤੇ ਪਹਿਲਾਂ ਜਿਹੜਾ 5683 ਯੂਰੋ ਦੇਣਾ ਪੈਂਦਾ ਸੀ ਮਤਲਬ ਜਿਹੜਾ ਡਿਫਰੈਂਸ ਹੈ ਜੀ 84 ਯੂਰੋ ਘਟਾਇਆ ਤਾ ਹੈ ਹੁਣ ਜਿਹੜਾ 30000 ਯੂਰੋ ਤੱਕ ਦੀ ਆਮਦਨ ਘੱਟ ਹੀ ਲੋਕਾਂ ਦੀ ਹੁੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ 25000 ਯੂਰੋ ਤੱਕ ਦੇ ਜਿਨ੍ਹਾਂ ਦੀ ਰਾਇਦੀ ਤੋਂ ਬਣਦੀ ਹੈ ਤੇ ਉਹਨਾਂ ਦਾ ਜਿਹੜਾ ਆਈ ਆਰ ਪੀ ਐਫ ਜਿਹੜਾ 2022 ਦੇ ਵਾਸਤੇ 3700 ਯੂਰੋ ਹੋਏਗਾ ਤੇ ਅਗੇ ਨਾਲ ਉਹ 1336 ਯੂਰੋ ਜਿਹੜਾ ਹੈ ਜੀ ਸਰਕਾਰ ਨੇ ਥੱਲੇ ਕਰ ਦਿੱਤਾ ਹੈ ਘਟਾਇਆ ਦਿੱਤਾ ਹੈ ਤੇ ਇਸੇ ਤਰ੍ਹਾਂ ਜਿਹੜੇ ਲਬੂਰੋ ਲਬੂਰਤ ਤੌਰੇ ਤਨੂ ਮੋ ਹਨ ਇਹਨਾਂ ਦੇ ਵਾਸਤੇ ਵੀ 142 ਯੂਰੋ ਪਹਿਲਾਂ ਨਾਲੋਂ ਘਟਾਇਆ ਦਿੱਤੇ ਹਨ ਤੇ ਜਿਹੜੇ ਲੋਕੋ ਜਿਨ੍ਹਾਂ ਦੀ ਕੀ ਸੈਲਰੀ ਜਿਹੜੀ 20000 ਯੂਰੋ ਤੱਕ ਬਣਦੀ ਹੈ ਜਿਨ੍ਹਾਂ ਦੇ ਰੈਟੀ ਤੋਂ ਉਹਨਾਂ ਦੇ ਵਾਸਤੇ ਜਿਹੜਾ ਆਰਪੀਈਫ 2022 ਦੇ ਵਾਸਤੇ ਹੈ ਜਿਹਦੇ ਵਿੱਚ 1403 ਯੂਰੋ ਤੱਕ ਦਾ ਫਾਇਦਾ ਇਹਨਾਂ ਨੂੰ ਹੋ ਸਕਦਾ ਹੈ ਪਹਿਲਾਂ ਇਹਨਾਂ ਦੇ ਵਾਸਤੇ 3461 ਯੂਰੋ ਦੇਣੇ ਪੈਂਦੇ ਸਨ ਤੇ ਹੁਣ ਜਿਹੜਾ ਇਹਨਾਂ ਦੇ ਵਾਸਤੇ ਨਵਿਓ ਸੁਲੇਬਿਆ ਜੀ 2057 ਯੂਰੋ ਹੀ ਦੇਣੇ ਪੈਣਗੇ ਹੁਣ ਗੱਲ ਕਰਦੇ ਆ ਜਿਨ੍ਹਾਂ ਦੀ ਜਿਹੜੀ ਰੈਦੀ ਤੋਂ ਹੈ ਜੀ 15000 ਯੂਰੋ ਤੱਕ ਹੈ ਉਹਨਾਂ ਦੇ ਵਾਸਤੇ ਜਿਹੜਾ ਆਈਆਰਪੀ ਐਫ 2022 ਦੇ ਵਾਸਤੇ 1570 ਯੂਰੋ ਜਿਹੜਾ ਮقرਰ ਕੀਤਾ ਗਿਆ ਹੈ ਪਹਿਲਾਂ ਜਿਹੜਾ 2021 ਚ 1885 ਸੀ ਮੌਲ ਟੈਕਸ ਹੈ ਜੀ ਸਰਕਾਰ ਨੇ ਟੈਕਸ ਘਟਾਇਆ ਤਾ ਹੁਣ ਜਿਹੜਾ 315 ਯੂਰੋ ਦਾ ਇਹਨਾਂ ਦੇ ਵਾਸਤੇ ਜਿਹੜਾ ਫਾਇਦਾ ਹੋਵੇਗਾ ਹੁਣ ਜਿਹੜੀ ਲਾਸਟ ਸਟੈਪ ਹੈ ਜੀ 10000 ਯੂਰੋ ਤੱਕ ਦੇ ਜਿਨ੍ਹਾਂ ਦੀ ਆਮਦਨ ਬਣਦੀ ਹੈ ਉਹਨਾਂ ਦੇ ਵਾਸਤੇ ਜਿਹੜਾ ਪਹਿਲਾਂ ਆਈਆਰਪੀ ایਫ 2021 ਦੇ ਵਿੱਚ 510 ਯੂਰੋ ਸੀ ਤੇ ਹੁਣ ਜਿਹੜਾ ਇਸ ਨੂੰ ਘਟਾ ਕੇ 420 ਯੂਰੋ ਕਰ ਦਿੱਤਾ ਗਿਆ ਹੈ ਤੇ ਇਹਨਾਂ ਨੂੰ 90 ਯੂਰੋ ਦਾ ਜਿਹੜਾ ਫਾਇਦਾ ਦਿੱਤਾ ਗਿਆ ਹੈ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਜਿਨ੍ਹਾਂ ਦੀ ਸੈਲਰੀ ਜ਼ਿਆਦਾ ਹੈ ਜਿਹੜਾ ਫਾਇਦਾ ਉਹਨਾਂ ਨੂੰ ਜ਼ਿਆਦਾ ਹੋਇਆ ਹੈ ਜਿਨ੍ਹਾਂ ਦੀ ਸੈਲਰੀ 30000 ਯੂਰੋ ਤੱਕ ਹੈ ਜਾਂ 25000 ਯੂਰੋ ਤੱਕ ਫਾਇਦਾ ਵੀ ਉਹਨਾਂ ਨੂੰ ਹੀ ਜ਼ਿਆਦਾ ਹੋਇਆ ਹੈ ਬਾਕੀ ਇਟਲੀ ਦੇ ਵਿੱਚ ਇੱਕ ਲਿਸਟ ਤਿਆਰ ਕੀਤੀ ਗਈ ਜਿਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਜਿੱਦਾਂ ਕਿ ਸਭ ਤੋਂ ਵਧੀਆ ਜਿਹੜੀਆਂ ਕੰਪਨੀਆਂ ਹਨ ਇਟਲੀ ਦੇ ਵਿੱਚ ਕੰਮ ਕਰਨ ਦੇ ਵਾਸਤੇ 60 ਉਹ ਜੀਆਂ ਕੰਪਨੀਆਂ ਦੀ ਇਹਨਾਂ ਨੇ ਇੱਕ ਲਿਸਟ ਤਿਆਰ ਕੀਤੀ ਹੈ ਜਿਨ੍ਹਾਂ ਵਿੱਚ ਲੋਕ ਕੰਮ ਕਰ ਰਹੇ ਹਨ ਹੁਣ ਇਹ ਜਿਹੜੀ ਲਿਸਟ ਤਿਆਰ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਬਹੁਤ ਕੁਝ ਦੇਖਿਆ ਹੈ ਕਿ ਜਿੱਦਾਂ ਕਿ ਇਹ ਵਰਕਰ ਨੂੰ ਸਹੂਲਤਾਂ ਕਿੰਨੀਆਂ ਹਨ ਉਹਨਾਂ ਦੇ ਜਿਹੜਾ ਸੈਲਰੀ ਵਗੈਰਾ ਕਿੰਨੀ ਹੈ ਤੇ ਇਹਦੇ ਵਿੱਚ ਜਿਹੜੀ ਸਭ ਤੋਂ ਵਧੀਆ ਕੰਪਨੀ ਇਟਲੀ ਦੀ ਮੰਨੀ ਗਈ ਹੈ ਇੱਕ ਵੱਡੀ ਕੰਪਨੀ ਹੈ ਜੀ ਇਟਲੀ ਦੇ ਵਿੱਚ ਇਸ ਨੂੰ ਵਧੀਆ ਮੰਨਿਆ ਗਿਆ ਹੈ ਜਿਸ ਦਾ ਨਾਮ ਹੈ ਜੀ ਮਾਈਕਰੋਨ ਸੈਮੀ ਕੰਡਕਟਰ ਇਹ ਜਿਹੜਾ ਪਲਾਂਟ ਹੈ ਜੀ ਗ੍ਰਾਟੀ ਬ੍ਰਿਆਨਸਾ ਦੇ ਵਿੱਚ ਹੈ ਬੀਮਰਕਾਤੇ ਵੀ ਹੈ ਪਦੂਆ ਅਰਜ਼ਾਨੋ ਅਕਵਿਲਾ ਦੇ ਵਿੱਚ ਤੇ ਆਵਿਨਜ਼ਾਨੋ ਨਾਪੋਲੀ ਦੇ ਵਿੱਚ ਤਕਰੀਬਨ ਪੂਰੀ ਇਟਲੀ ਦੇ ਵਿੱਚ 525 ਜਿਹੜੇ EMPLOYE ਇਹਨਾਂ ਦੇ ਹਨ ਤੇ ਇਸ ਤੋਂ ਇਲਾਵਾ ਅਮਰੀਕਨ ਐਕਸਪ੍ਰੈਸਿਸ ਨੂੰ ਦੂਸਰੇ ਨੰਬਰ ਦੇ ਉੱਤੇ ਵਧੀਆ ਮੰਨਿਆ ਗਿਆ ਹੈ ਤੀਸਰੇ ਨੰਬਰ 'ਤੇ ਕੰਪਨੀ ਜਿਹੜੀ ਲਿਸਟ ਹੈ ਜੀ 60 ਤੱਕ ਪਹੁੰਚਦੀ ਹੈ ਤੇ ਸਾਰੀ ਲਿਸਟ ਪਾ ਅਗਰ ਦੱਸਾਂਗੇ ਤੇ ਵੀਡੀਓ ਬਹੁਤ ਲੰਬੀ ਹੋ ਜਾਵੇਗੀ ਬਾਕੀ ਅੱਜ ਦੀ ਵੀਡੀਓ ਵਿੱਚ ਆਪਣਾ ਜਿਹੜਾ ਲਾਸਟ ਹੁੰਦਾ ਹੈ ਜੀ ਹੈਲਥ ਟਿਪਸ ਉਸ ਦੇ ਉੱਤੇ ਗੱਲਬਾਤ ਕਰਾਂਗੇ ਤੁਸੀਂ ਨਾਮ ਸੁਣਿਆ ਹੋਵੇਗਾ ਕੋਲੇਸਟ੍ਰੋਲ ਦਾ ਕੋਲੇਸਟ੍ਰੋਲ ਇੱਕ ਵਧੀਆ ਹੁੰਦਾ ਤੇ ਇੱਕ ਘੱਡਿਆ ਹੁੰਦਾ ਹੈ ਜਿਹੜਾ ਘੱਡਿਆ ਜਿਹਨੂੰ ਆਪਾਂ ਐਲ ਡੀ ਐਲ ਵੀ ਕਹਿ ਦਿੰਨੇ ਆ ਲੋ ਡੈਂਸਿਟੀ ਲਿਪੋਪ੍ਰੋਟੀਨ ਹੁਣ ਇਸ ਨੂੰ ਵਧਾਉਣ ਦੇ ਵਾਸਤੇ ਕਿਹੜੀਆਂ ਪੰਜ ਚੀਜ਼ਾਂ ਜ਼ਰੂਰੀ ਹਨ ਇਹ ਧਿਆਨ ਦੇ ਨਾਲ ਸੁਣ ਲਓ ਇੱਕ ਤਾਂ ਇਸ ਦੇ ਵਾਸਤੇ ਅਨ ਹੈਲਥੀ ਫੂਡ ਜਿਹੜੀਆਂ ਹੈਬਿਟਸ ਵਗੈਰਾ ਹੁੰਦੀਆਂ ਜਿਹਦੇ ਵਿੱਚ ਆਪਾਂ ਜਿੱਦਾਂ ਫਾਸਟ ਫੂਡ ਵਗੈਰਾ ਜ਼ਿਆਦਾ ਖਾਂਦੇ ਹਾਂ ਤੇ ਜਾਂ ਕੋਈ ਮਾਸ ਦੀ ਚਰਬੀ ਜਾਂ ਕੋਈ ਹੋਰ ਡੇਰੀ ਪ੍ਰੋਡਕਟ ਜਿਹੜੇ ਜਾਂ ਪੈਕਡ ਫੂਡ ਜਾਂ ਮਿੱਠੀਆਂ ਚੀਜ਼ਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਨ ਬੰਦੇ ਨੂੰ ਬਿਮਾਰੀਆਂ ਦਿੰਦੀਆਂ ਹਨ ਦੂਜਾ ਹੈ ਜੀ ਮਟਾਪਾ ਆਪਣਾ ਜ਼ਿਆਦਾ ਹੋਣ ਦੇਣਾ ਮਟਾਪੇ ਦੇ ਉੱਤੇ ਧਿਆਨ ਨਾ ਦੇਣਾ ਤੀਸਰਾ ਹੈ ਜੀ ਐਕਸਰਸਾਈਜ਼ ਵਗੈਰਾ ਨਾ ਕਰਨੀ ਚੌਥਾ ਹੈ ਜੀ ਸਮੋਕਿੰਗ ਤੇ ਪੰਜਵਾਂ ਹੈ ਜੀ ਸ਼ਰਾਬ ਜ਼ਿਆਦਾ ਪੀਣੀ ਜਾਂ ਸ਼ਰਾਬ ਪੀਣੀ ਇਹ ਪੰਜ ਚੀਜ਼ਾਂ ਹਨ ਜਿਹੜੀਆਂ ਕਿ ਜਿਹੜਾ ਸਰੀਰ ਦੇ ਵਿੱਚ ਗੰਦਾ ਕੋਲੇਸਟ੍ਰੋਲ ਹੁੰਦਾ ਉਸ ਨੂੰ ਵਧਾਉਣ ਦੇ ਵਿੱਚ ਚੰਗਾ ਤਕੜਾ ਜਿਹੜਾ ਯੋਗਦਾਨ ਪਾਉਂਦੀਆਂ ਹਨ ਬਾਕੀ ਆਈ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਵੀਡੀਓ ਦੇਖੀ ਧੰਨਵਾਦ